ਅਮਨ ਕਪੂਰ ਕੀ ਮਾਮਲਾ ਸੀ ਕੀ ਹੋਇਆ ਇੱਥੇ ਪਤਾ ਨਹੀਂ ਯਾਰ ਅਨਪਛਾਤੇ ਆਏ ਸੀਗੇ ਗੋਲੀ ਗੋਲੀ ਚੱਲੀ ਇੱਥੇ ਕਿੰਨੇ ਫਾਇਰ ਕਿੰਨੀ ਫਾਇਰ ਹੋਈ ਹੈ ਤਿੰਨ ਫਾਇਰ ਸੁਣਿਆ ਇੱਕ ਜ਼ਖਮੀ ਆ ਬਾਕੀ ਕਹਿੰਦੇ ਦੋ ਪੇਸ਼ ਕਰਤੇ ਕੋਈ ਫੜੇ ਵੀ ਗਏ ਮੁੰਡੇ ਹਾਂ ਦੋ ਫੜੇ ਗਏ ਯਾਰ ਦੋ ਮੁੰਡੇ ਫੜੇ ਗਏ ਯਾਰ ਦੋ ਬੰਦੇ ਫੜੇ ਗਏ ਕਿ ਕਿੰਨੇ ਫਾਇਰ ਕੀਤੇ ਉਹਨੇ ਬੰਦੇ ਨੇ ਤਿੰਨ ਆਪਾਂ ਦਾ ਤਿੰਨ ਸੁਣਿਆ ਤਿੰਨ ਤਿੰਨ ਫੜੇ ਇੱਕੋ ਬੰਦੇ ਕੀਤੇ ਆ ਕਿ ਕਿੰਨੇ ਬੰਦੇ ਸੀ ਇਹ ਨਹੀਂ ਪਤਾ ਇੱਕ ਬੰਦੇ ਫੜੇ ਗਏ ਮੁੰਡੇ ਹਾਂ ਦੋ ਫੜੇ ਗਏ ਭਾਈ ਬੰਦੇ ਹੈ ਕਿ ਕੌਣ ਸੀਗੇ ਕੋਈ ਪਤਾ ਲੱਗਿਆ ਮੈਨੂੰ ਇਹ ਨਹੀਂ ਪਤਾ ਕੌਣ ਸੀਗੇ ਭਾਈ ਇਹੀ ਤਾਂ ਹੈ ਲੜਾਈ ਹੋਈ ਆ ਇਹਨਾਂ ਦੀ ਇਹ ਨਹੀਂ ਪਤਾ ਕਿਹੜੀ ਗੱਲ ਤੋਂ ਇਹ ਤਾਂ ਖੜੇ ਸੀਗੇ ਇੱਥੇ ਕਿੰਨੇ ਕਿੰਨੀਆਂ ਗੋਲੀਆਂ ਚੱਲੀਆਂ ਕਿੰਨੀਆਂ ਗੋਲੀਆਂ ਬਸ ਦੋ ਸੁਣੀਆਂ ਤੁਹਾਨੂੰ ਦੋ ਗੋਲੀਆਂ ਸੁਣੀਆਂ ਨੇ ਹਥਿਆਰ ਤੇ ਬੰਦੇ ਇਹ ਥੋੜੀ ਪਤਾ ਯਾਰ ਨਹੀਂ ਭਾਈ ਜ਼ਖਮੀ ਕਿੰਨੇ ਹੋਏ ਜ਼ਖਮੀ ਕਿੰਨੇ ਹੋਏ ਜ਼ਖਮੀ ਇੱਕ ਕਹਿੰਦੇ ਆ ਇੱਕ ਜ਼ਖਮੀ ਹੋਇਆ ਕੌਣ ਲੈ ਕੇ ਗਿਆ ਬੰਦਾ ਸੀ ਬੰਦੇ ਗੋਲੀ ਕਿਸੇ ਨੇ ਲੈ ਕੇ ਇਹ ਥੋੜੀ ਪਤਾ ਵੀਰੇ ਕਿੱਥੇ ਨਹੀਂ ਪੁਲਿਸ ਵਾਲੇ ਮੁਲਾਜ਼ਮ ਸੀਗੇ ਇੱਥੇ ਮੌਜੂਦ ਮੁਲਾਜ਼ਮ ਸੀਗੇ ਉਹਨੂੰ ਲੈ ਕੇ ਪੇਸ਼ ਕਰਦਾ ਚਲੋ ਯਾਰ ਜਲੀ ਆਪੋ ਵੀ ਤਰੀਕ ਹੋ ਗਈ ਸਾਹਮਣੇ ਖੜਾ ਅਜੇ ਮੈਨੂੰ ਆਏ ਨਹੀਂ ਕੋਈ ਮੈਂ ਚੱਲਿਆ ਬਸ ਹਾਂਜੀ ਇੱਕ ਮੁੰਡਾ ਫੜ ਲਿਆ ਕਹਿ ਜਾ ਰਿਹਾ ਭਾਈ ਸਾਹਿਬ ਮੈਂ ਅਜੇ ਕਹਿ ਰਿਹਾ ਵੀ 1 ਮਿੰਟ ਹੋਇਆ ਮੈਨੂੰ ਪਲੀਜ਼ ਗਿਵ ਮੀ ਸਮ ਟਾਈਮ ਲੈਟ ਮੀ ਇਨਵੈਸਟੀਗੇਟ ਗੋਲੀ ਦਾ ਗੋਲੀ ਚੱਲ ਰਹੀ ਹੈ ਭਾਈ ਸਾਹਿਬ ਗੋਲੀ ਚੱਲੀ ਆ ਸਾਰਾ ਇਹ 5 ਮਿੰਟ ਦਾ ਹੋਇਆ ਹੈ ਇਨਵੈਸਟੀਗੇਟ ਕਰ ਲਓ ਫਿਰ ਮੈਂ ਤੁਹਾਨੂੰ ਅਸੀਂ ਤੁਹਾਨੂੰ ਬਰੀਫ ਕਰਾਂਗੇ ਪ੍ਰੋਪਰ ਬਰੀਫ ਕਰਦੇ ਮੈਂ ਸੱਚੀ ਗੈਂਗਵਾਰ ਦਾ ਖੱਚਾ ਹੈਗਾ ਗੈਂਗਵਾਰ ਭਾਈ ਸਾਹਿਬ ਅਜੇ 1 ਮਿੰਟ ਦਾ ਟਾਈਮ ਹੋਇਆ ਮੈਨੂੰ ਉਰੇ ਪਹੁੰਚੇ ਹਾਊ ਕੈਨ ਆਈ बेसिकली इत्थे एक मुकदमा हैगा साडे थाने दा उहदे चों जिहड़ी मुदई पार्टी हैगी आ ਉਹਨਾਂ ਦੀ ਅੱਜ ਗਵਾਹੀ ਸੀਗੀ ਕੋਰਟ 'ਚ ਅਤੇ ਕੋਰਟ ਦੇ ਬਾਹਰ ਮੋਦੀ ਅਤੇ ਜਿਹੜੇ ਅਕਿਊਜ਼ ਪਾਰਟੀ ਹੈਗੀ ਆ ਉਹ ਆਮੋ ਸਾਹਮਣੇ ਆ ਗਈ ਅਤੇ ਫਿਰ ਉਹਨਾਂ ਦੇ ਵਿੱਚ ਤੂਤੂ ਮੈਮ ਹੋਈ ਹੈ ਅਤੇ ਉਦੋਂ ਫਿਰ ਫਾਇਰਿੰਗ ਜਿਹੜੀ ਹੋ ਰਹੀ ਹੈ ਸਾਹਮਣੇ ਆਈ ਨੇ ਦੇਖੋ ਅਸੀਂ ਹੁਣ ਦੋ ਬੰਦੇ ਅਸੀਂ ਜਿਹੜੇ ਹੈਗੇ ਆ ਆਲਰੇਡੀ ਫੜ ਲਏ ਹੈਗੇ ਆ ਅਤੇ ਉਹਨਾਂ ਤੋਂ ਅਸੀਂ ਪੁੱਛਗਿੱਛ ਕਰ ਰਹੇ ਨੇ ਉਹਨਾਂ ਦੇ ਮੁਤਾਬਕ ਉਹਨਾਂ ਦੇ ਕਹਿਣ ਦੇ ਮੁਤਾਬਕ ਉਹਨਾਂ ਵੱਲੋਂ ਵੀ ਦੋ ਫਾਇਰ ਹੋਏ ਸਾਹਮਣੇ ਤੋਂ ਇੱਕ ਫਾਇਰ ਹੋਏ ਆ ਜਿਹੜੀ ਹੁਣ ਤੱਕ ਗੱਲ ਸਾਹਮਣੇ ਆਈ ਹੈ ਤੇ ਜਦੋਂ ਫਿਰ ਅਸੀਂ ਹੋਰ ਬੰਦੇ ਪੜ੍ਹਾਂਗੇ ਤਾਂ ਸਾਨੂੰ ਪਤਾ ਲੱਗੂਗਾ ਐਗਜ਼ੈਕਟਲੀ ਕੀ ਹੈ ਕਿੰਨੇ ਵਜੇ ਕਰਨਾ ਮੈਂ 3 ਵਜੇ ਕਰਨਾ ਹੈ ਇਹ ਅੱਜ ਤੋਂ ਕਰੀ ਇਹ ਹਲੇ ਤੋਂ ਕਰੀ ਘੰਟੇ ਦੀ ਘੰਟਾ ਹੋ ਗਿਆ ਇਹਨੂੰ ਆਧੇ ਘੰਟਾ ਹੋ ਗਿਆ ਸਰ ਇੰਜਰਡ ਕਿੰਨੇ ਹੈਗੇ ਜਿਹੜਾ ਕਿ ਬੱਚੇ ਜਿਹੜਾ ਹੁਣ ਤੱਕ ਸਾਹਮਣੇ ਆਇਆ ਦੋ ਬੰਦੇ ਇੰਜਰਡ ਨੇ ਦੋਸ਼ੀ ਪਾਸੀ ਦੋਸ਼ੀ ਜਿਹੜੀ ਪਾਰਟੀ ਹੈਗੀ ਉਹਦਾ ਵੀ ਬੰਦਾ ਇੱਕ ਇੰਜਰਡ ਹੈ ਜਿਹੜਾ ਮੁਦਈ ਪਾਰਟੀ ਉਹਦਾ ਵੀ ਬੰਦਾ ਇੱਕ ਇੰਜਰਡ ਹੈ ਕ੍ਰੋਸ ਫਾਇਰ ਉਹ ਅਸੀਂ ਬਰਾਮਦ ਕਰ ਰਹੇ ਨੇ ਸਰ ਉਹਨੇ ਕਿਹਾ ਜਾ ਰਿਹਾ ਕਿ ਕਿਸੇ ਮਾਮਲੇ ਦੇ ਵਿੱਚ ਇੱਕ ਜਿਹੜੇ ਗਵਾਹ ਸੀਗੇ ਉਸ ਕਰਕੇ ਸਾਨੂੰ ਬਾਹਰ ਛੜਕਣ ਇਹ ਹਾਲੇ ਤਸਦੀਕ ਕਰਨਾ ਬਾਕੀ ਹੈ ਕਿ ਕਿਹੜਾ ਮਾਮਲਾ ਸੀਗਾ ਕੋਈ ਹੈ ਇਹ ਬੇਸਿਕਲੀ ਆਪਣਾ ਜਿਹੜਾ ਮਾਡਲ ਟਾਊਨ ਦਾ ਇੱਕ ਮੁਕਦਮਾ ਸੀਗਾ ਮਾਡਲ ਟਾਊਨ ਥਾਣੇ ਦਾ ਤੇ ਉਹਦੇ ਜਿਹੜੀ ਮੁਦਈ ਪਾਰਟੀ ਸੀਗੀ ਉਹਦੀ ਗਵਾਹੀ ਸੀਗੀ ਦੋਨੇ ਗੈਂਗਸਟਰ ਇਹ ਹਾਲੇ ਤਸਦੀਕ ਨਹੀਂ ਹੋਇਆ ਸਰ ਕੋਈ ਜਾਨੀ ਨੁਕਸਾਨ ਤਾਂ ਨਹੀਂ ਨਹੀਂ ਦੋ ਪਾਰਟੀਆਂ ਇੰਜਰਡ ਹੈਗੀਆਂ ਮੈਂ ਆਲਰੇਡੀ ਦੱਸਤਾ ਸੀ ਦੋਨੋਂ ਪਾਸੇ ਦੋਸ਼ੀ ਪਾਸੇ ਤੇ ਮੁਦਈ ਪਾਸੇ ਦੋਨੋਂ ਪਾਰਟੀਆਂ ਦਾ ਇੱਕ ਇੱਕ ਬੰਦਾ ਹਾਲੇ ਤੱਕ ਜਿਹੜਾ ਸਾਹਮਣੇ ਆ ਉਹ ਇੰਜਰਡ ਹੈ ਵੈਪਨ ਕਿਹੜਾ ਯੂਜ਼ ਹੋਇਆ ਵੈਪਨ ਕਿਹੜਾ ਯੂਜ਼ ਹੋਇਆ ਉਹ ਤਸਦੀਕ ਕਰ ਰਹੇ ਨੇ ਲਾਇਸੈਂਸ ਹੀ ਹੈ ਜਾਂ ਉਹਨਾਂ ਨੇ ਤਸਦੀਕ ਕਰ ਰਹੇ ਆ ਤੇ ਸਰ ਇਹ ਦੋਨੇ ਪਾਰਟੀਆਂ ਜਿਹੜੀਆਂ ਕਿਹੜੇ ਗੈਂਗ ਦੀ ਹੈ ਕਹਿੰਦੇ ਕਿ ਕੋਈ ਗੈਂਗਸਟਰ ਹੈ ਦੋਨੇ ਇਹ ਹਾਲੇ ਤੱਕ ਕੋਈ ਗੱਲ ਇਦਾਂ ਦੀ ਕਲੀਅਰ ਗੱਲ ਸਾਹਮਣੇ ਨਹੀਂ ਆਈ ਬਾਕੀ ਆਪਾਂ ਤਸਦੀਕ ਕਰ ਰਹੇ ਹਾਂ ਤੇ ਸਰ ਇਹ ਗੋਲੀਆਂ ਚੱਲੀਆਂ ਕਿੰਨੀਆਂ ਸਰ ਪਤਾ ਲੱਗਿਆ ਕਿ ਹਵਾਈ ਫਾਇਰ ਵੀ ਹੋਏ ਆ ਇਹਦੇ ਵਿੱਚ ਜਿਹੜੇ ਅਸੀਂ ਦੋ ਬੰਦੇ ਫੜੇ ਹੋਏ ਨੇ ਤੇ ਉਹਨਾਂ ਦੇ ਕਹਿਣ ਦੇ ਮੁਤਾਬਕ ਕਰੀਬ 2 ਤੋਂ 3 ਰਾਉਂਡ ਇੱਥੇ ਫਾਇਰ ਹੋਏ ਨੇ ਬਾਕੀ ਹਾਲੇ ਤਸਦੀਕ ਕਰਨਾ ਬਾਕੀ ਸਰ ਜਿਹੜੇ ਬੰਦੇ ਦੇ ਹੱਥ ਤੇ ਗੋਲੀ ਵੱਜੀ ਹੈ ਤੇ ਉਹਨੇ ਵੀ ਫਾਇਰ ਕੀਤਾ ਸੀ ਤਸਦੀਕ ਕਰਨਾ ਬਾਕੀ ਹਾਲੇ ਤੇ ਸਰ ਉਧਰ ਵੈਰੀਫਾਈ ਕਰ ਰਹੇ ਨੇ ਦੋਨੇ ਪਾਰਟੀਆਂ ਵੱਲੋਂ ਮਤਲਬ ਟੋਟਲ 3 ਫਾਇਰ ਹੋਏ ਟੋਟਲ ਜਿਹੜੀ ਹਾਲੇ ਤੱਕ ਗੱਲ ਸਾਹਮਣੇ ਆਈ ਹੈ 2 ਤੋਂ 3 ਫਾਇਰ ਹੋਏ ਨੇ ਜਿਹੜੇ ਦੋਸ਼ੀ ਪਾਰਟੀ ਉਹਨਾਂ ਦਾ ਵੀ ਇੱਕ ਬੰਦਾ ਉਹ ਇੰਜਰਡ ਹੋਇਆ ਹੈ ਜਿਹੜੀ ਮੁਦਈ ਪਾਰਟੀ ਸੀ ਮੁਕਦਮੇ ਦੀ ਉਹਨਾਂ ਦਾ ਵੀ ਇੱਕ ਬੰਦਾ ਇੰਜਰਡ ਹੋਇਆ ਮਤਲਬ ਦੋਨੇ ਇੰਜਰਡ ਹੋਏ ਗੋਲੀਆਂ ਦੋਨਾਂ ਦੇ ਚੱਲੀਆਂ ਆਪਸੀ ਕ੍ਰੋਸ ਜੀ ਠੀਕ ਹੈ ਜੀ